ਹਾਂਜੀ ਜੀ, ਇੱਕ ਸਾਲ ਪਹਿਲਾਂ ਇਹਨਾਂ ਨੇ ਆਏ ਸੀਗੇ, ਪ੍ਰਪੋਜ਼ਲ ਆਈ ਸੀਗੀ ਨਗਰ ਨਿਗਮ ਵੱਲੋਂ ਕਿ ਤੁਹਾਡੇ ਵਾਰਡ 'ਚ ਜੰਗਲ ਬਣਾਉਣਾ ਵਾ। ਉਹਦੇ ਲਈ ਮੇਰੇ ਤੋਂ ਇਹਨਾਂ ਨੇ ਇੱਕ ਬੂਟਾ ਵੀ ਲਗਵਾਇਆ ਸੀਗਾ, ਅਤੇ ਸਾਰਾ ਪ੍ਰਸ਼ਾਸਨ ਵੀ ਇਹਨਾਂ ਦਾ ਨਾਲ ਸੀਗੇ, ਅਧਿਕਾਰੀ ਵੀ ਜੋ ਵੀ ਹੁੰਦੇ ਆ। ਅਤੇ ਪਰ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਤੋਂ ਟੋਏ ਵੀ ਪਟਵਾਏ, ਇੱਥੇ ਅਸੀਂ ਆਪਦੇ ਖਰਚੇ 'ਤੇ ਪਟਵਾਏ ਆ, ਕਿਉਂਕਿ ਸੰਤ ਗੁਰਮੀਤ ਸਿੰਘ ਜੀ ਖੋਸਿਆਂ ਵਾਲਿਆਂ ਦਾ ਟਰੈਕਟਰ ਅਤੇ ਵਰਮਾ ਉਹਨਾਂ ਤੋਂ ਮੰਗਵਾਇਆ ਸੀਗਾ, ਅਤੇ ਆਪਦੇ ਤੇਲ ਨਾਲ 200 ਟੋਆ ਕਢਵਾਇਆ ਸੀ ਅਸੀਂ। ਅਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਇੱਥੇ ਕੋਈ ਬੂਟਾ ਤਾਂ ਲਾਇਆ ਨਹੀਂ, ਉਹ ਕਹਿੰਦੇ ਕਿ ਇਹ ਕੈਂਸਲ ਹੋ ਗਈ ਹੈ ਜਗ੍ਹਾ। ਉਸ ਤੋਂ ਬਾਅਦ ਇੱਥੇ ਕੋਈ ਵੀ ਬੂਟਾ ਨਹੀਂ ਲਾਇਆ ਗਿਆ, ਜਿਹੜਾ ਇੱਕ ਬੂਟਾ ਲਾਇਆ ਸੀ 10-15 ਰੁਪਏ ਦਾ ਉਹ ਵੀ ਸੁੱਕ ਗਿਆ ਵਾ। ਕਿੰਨੇ ਪੈਸੇ ਲਗਾ ਕੇ ਇੱਥੇ ਜਿਹੜਾ ਜੰਗਲ ਬਣਾਇਆ ਜਾਣਾ ਸੀਗਾ, ਕੁਛ ਸੀਗਾ ਆਈਡੀਆ? ਕਿਉਂਕਿ ਤੁਸੀਂ ਪਾਰਸ਼ਦ ਹੋ ਇਸ। ਇਹਨਾਂ ਨੇ ਉਵੇਂ ਸਾਨੂੰ ਕੁਛ ਵੀ ਅਮਾਊਂਟ ਨਹੀਂ ਦੱਸੀ ਸੀਗੀ। ਵੈਸੇ ਕਿਹਾ ਸੀਗਾ ਵੀ 4,22,000 ਦਾ ਜਿਹੜਾ ਇਹਨਾਂ ਨੇ ਬਜਟ ਦੇ ਵਿੱਚ ਪਾਇਆ ਵਾ ਵੀ ਜੰਗਲ ਵਗੈਰਾ ਬਣਾਉਣੇ ਆ, ਘਾਹ ਵਗੈਰਾ ਲਗਾਉਣੇ ਆ, ਪਰ ਦਿਸਿਆ ਕਿਤੇ ਨਹੀਂ ਹਾਲੇ ਤੱਕ ਸਾਨੂੰ ਵੀ ਉਹ ਜੰਗਲ ਹੈ ਕਿੱਥੇ। ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਾ ਵੀ, ਪਤਾ ਕੀਤਾ ਕਿ ਕਿਹੜੀ ਹੋਰ ਜਗ੍ਹਾ 'ਤੇ ਜਿਹੜੇ ਜੰਗਲ ਬਣਾਏ ਜਾਣੇ ਜਾਂ ਪੌਦੇ ਲਗਾਏ ਜਾਣੇ? ਹਾਂਜੀ, ਪੁੱਛਿਆ ਸੀ ਪਰ ਕੋਈ ਜਵਾਬ ਨਹੀਂ ਹਾਲੇ ਸਾਨੂੰ ਮਿਲਿਆ ਸੀ। ਕੁਛ ਨਹੀਂ ਵੇਖਿਆ ਗਾ ਵੀ ਸ਼ਹਿਰ 'ਚ ਕਿੱਥੇ ਬਣਿਆ ਉਹ ਜੰਗਲ ਜਾਂ ਘਾਹ ਉਹ ਕਿੱਥੇ ਲੱਗਿਆ ਵਾ। ਕੀ ਉਹ ਪੈਸੇ ਲੱਗ ਚੁੱਕੇ ਕਾਗਜ਼ਾਂ ਦੇ ਵਿੱਚ ਜਿਹੜੇ ਇੱਥੇ ਲਗਾਉਣੇ ਸੀਗੇ? ਹਾਂਜੀ, ਕਾਗਜ਼ਾਂ ਦੇ ਵਿੱਚ ਤਾਂ ਲੱਗ ਹੀ ਚੁੱਕਿਆ, ਤੁਹਾਡੇ ਸਾਹਮਣੇ ਹੀ ਆ ਚੁੱਕਾ ਘਟਾਲਾ ਸਾਰਾ। ਇਹਨਾਂ ਨੇ 1300 ਰੁਪਏ ਦਾ ਇੱਕ ਪੌਦੇ ਦੇ ਹਿਸਾਬ ਨਾਲ 900 ਪਾਮ ਟ੍ਰੀ ਟਾਈਪ ਕੁਛ ਪਾਇਆ ਸੀਗਾ ਬੂਟਾ, ਅਤੇ 55 ਰੁਪਏ ਦੇ ਹਿਸਾਬ ਨਾਲ 1,000 ਬੂਟਾ, 150 ਰੁਪਏ ਦੇ ਹਿਸਾਬ ਨਾਲ 1,000 ਬੂਟਾ। ਪਰ ਉਹ ਸਮਝ ਨਹੀਂ ਆਉਂਦੀ ਉਹ ਲੱਗੇ ਕਿੱਥੇ ਆ। ਤੁਸੀਂ ਦੇਖ ਲਓ, ਖੰਜੂਰ ਇੱਕ ਵੀ ਸ਼ਹਿਰ 'ਚ ਲੱਗੀ ਆ ਤਾਂ ਦੱਸ ਦਿਓ ਮੈਨੂੰ। ਮੈਮ, ਲਗਾਤਾਰ ਨਗਰ ਨਿਗਮ ਦੀਆਂ ਮੀਟਿੰਗਾਂ ਹੋਈਆਂ ਹੈਗੀਆਂ ਨੇ, ਤੁਸੀਂ ਵੀ ਮੈਂਬਰ ਹੈਗੇ ਹੋ, ਹਾਂਜੀ, ਅਤੇ ਕਿਸੇ MC ਨੇ ਸਵਾਲ ਕਿਉਂ ਨਹੀਂ ਚੱਕਿਆ ਗਾ ਦੇ ਉੱਪਰ? ਜੀ, ਸਵਾਲ ਚੱਕਿਆ ਜਾਂਦਾ ਸੀਗਾ ਪਰ ਸੁਣਵਾਈ ਨਹੀਂ ਹੁੰਦੀ ਸੀ, ਕਿਉਂਕਿ ਨਾ ਸਾਡੀ ਸਰਕਾਰ ਸੀ, ਨਾ ਸਾਡਾ ਮੇਅਰ ਸੀਗਾ, ਨਾ ਸਾਡਾ MLA, ਸਾਡੀ ਤਾਂ ਸੁਣੀ ਨਹੀਂ ਸੀ ਜਾਂਦੀ। ਬਸ ਉੱਥੇ ਜਦੋਂ ਵੀ ਕੋਈ ਏਜੰਡਾ ਪੇਸ਼ ਕੀਤਾ ਜਾਂਦਾ ਸੀ, ਪਾਸ ਆ ਟਿਕ ਮਾਰਕ ਕਹਿ ਕੇ ਪਾਸ ਕਰ ਦਿੰਦੇ ਸੀਗੇ। 17 ਦੇ ਪੌਦੇ ਮੋਗਾ ਸ਼ਹਿਰ ਦੇ ਵਿੱਚ ਕਾਫੀ ਸਾਰੇ ਪਾਰਕਸ ਹੈ ਉਹਨਾਂ ਦੇ ਵਿੱਚ ਲਗਾਈ ਗਈ ਹੈ। ਮੈਂ ਐਕਚੁਲੀ ਇਹਨਾਂ ਦੀ ਜਾਂਚ ਲਈ ਹੋਈ ਮਤਲਬ ਲੈਟਰ ਕੱਢੀ ਹੈ ਕਿ ਮੈਂ ਦੇਖਣਾ ਚਾਹੂੰਗੀ ਕਿ ਕਿਹੜੇ ਕਿਹੜੇ ਪਾਰਕ ਦੇ ਵਿੱਚ ਸਾਡੀ ਕਾਰਪੋਰੇਸ਼ਨ ਵੱਲੋਂ ਕਿੰਨੇ ਕਿੰਨੇ ਟੋਟਲ ਪਲਾਂਟਸ ਲੱਗੇ ਹੋਏ ਆ। ਇਸ ਲਈ ਮੈਂ ਅੱਜ ਆਪਣੇ ਟੀਮ ਦੇ ਨਾਲ ਅੱਜ ਵਿਜ਼ਿਟ ਕੀਤਾ, ਹਰ ਪਾਰਕ ਦੇ ਵਿੱਚ ਮੈਂ ਅੱਜ ਜਾਊਂਗੀ, ਕਾਊਂਟ ਕਰਾਂਗੀ ਅਸੀਂ ਕਿ ਕਿੰਨੇ ਕਿੰਨੇ ਟੋਟਲ ਪਾਰਕਸ ਦੇ ਵਿੱਚ ਪਲਾਂਟਸ ਲੱਗੇ ਆ। ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਆਪਣਾ ਡਿਸੀਜ਼ਨ ਦੱਸ ਸਕਦੀ ਹਾਂ ਕਿ ਇਹਦੇ 'ਚ ਕਿੰਨੇ ਲੱਗੇ ਆ, ਕਿੰਨੇ ਕਿੱਥੇ ਚਲੇ ਗਏ ਆ। ਜਿਸ ਤਰ੍ਹਾਂ ਖਬਰ ਆ ਰਹੀ ਹੈ ਕਿ ਘੁਟਾਲਾ ਹੋਇਆ, 17 ਲੱਖ ਦੇ ਪੌਦੇ ਕਿੱਥੇ ਗਏ? ਹਾਂਜੀ, ਉਹ ਤੁਸੀਂ ਹੁਣ ਇਸ ਪਾਰਕ 'ਚ ਆਏ ਹੋ, ਕਿਹੜੇ ਪੌਦੇ ਕਿੰਨੇ ਲੱਗੇ? ਇੱਥੇ ਸਿਰਫ ਪਾਮ ਟ੍ਰੀਜ਼ ਮੈਂ ਨੋਟ ਕੀਤੇ ਆ, ਮੈਨੂੰ ਇਹ ਮਤਲਬ ਟੋਟਲ 178 ਪਾਮ ਟ੍ਰੀਜ਼ ਕਹਿ ਰਹੇ ਆ। ਉਹ ਅਸੀਂ ਕਾਊਂਟ ਕਰ ਰਹੇ ਹਾਂ ਕਿ ਇੱਥੇ ਟੋਟਲ ਕਿੰਨੇ ਲੱਗੇ ਹੋਏ ਆ। ਬਾਕੀ ਹੋਰ ਵੀ ਸਾਰੇ ਸ਼ਹਿਰ ਦੇ ਪਾਰਕ ਹੈ ਜਿਹੜੇ, ਉਹਨਾਂ ਦੇ ਵਿੱਚ ਵੀ ਮੈਂ ਜਾਊਂਗੀ ਟੀਮ ਦੇ ਨਾਲ, ਕਾਊਂਟ ਕਰੂੰਗੀ, ਉਸ ਤੋਂ ਬਾਅਦ ਹੀ ਮੈਂ ਇਹਨਾਂ ਦੀ ਜਾਂਚ ਕਰਵਾਊਂਗੀ। ਟੋਟਲ ਕਿੰਨੇ ਪਾਰਕ ਹੈਗੇ ਜਿੱਥੇ ਬੂਟ ਲਗਾਏ ਗਏ? 20-21 ਪਾਰਕ ਕਹਿ ਰਹੇ ਆ ਜੀ, ਇਹ 20-21 ਪਾਰਕ ਟੋਟਲ ਹੈ, ਬਟ ਮੈਨੂੰ ਨਹੀਂ ਲੱਗਦਾ ਕਿ 20-21 ਪਾਰਕਾਂ ਦੇ ਵਿੱਚ 17 ਲੱਖ ਦੇ ਪਲਾਂਟਸ ਲੱਗੇ ਹੋਣਗੇ। ਸਮਾਜ ਸੇਵੀਆਂ ਨੇ ਵੀ ਪਾਰਕਾਂ ਦੇ ਵਿੱਚ? ਬਿਲਕੁਲ ਸਹੀ ਗੱਲ ਹੈ ਜੀ, ਕਾਫੀ ਸਾਰੀਆਂ ਸਾਡੇ ਮੋਗਾ ਚਾਹੁੰਗੇ। ਹਾਂਜੀ, ਮੋਗਾ ਸ਼ਹਿਰ ਦੇ ਵਿੱਚ ਹੈਗੀਆਂ ਜਿਹੜੀਆਂ ਸੰਸਥਾਵਾਂ ਜਿਹੜੀਆਂ ਕਿ ਆਪਣਾ ਮਤਲਬ ਸਪੋਰਟ ਦੇ ਰਹੀਆਂ, ਪਲਾਂਟਸ ਲਗਾ ਰਹੀਆਂ, ਉਹਨਾਂ ਦੀ ਕੇਅਰ ਕਰ ਰਹੀਆਂ ਹੋਈਆਂ। ਇਹਦੇ ਵਿੱਚ ਮੈਂਸ਼ਨ ਕੀਤਾ ਜੀ ਜਦੋਂ ਇਹ ਬਜਟ ਪਾਸ ਹੋਇਆ ਜਾਂ ਟੈਂਡਰ ਪਾਸ ਹੋਇਆ ਕਿ ਪਾਰਕਾਂ ਦੇ ਨਾਮ ਕਿੰਨੇ ਪਾਰਕ ਹੈ ਔਰ ਕਿੱਥੇ ਕਿੱਥੇ ਪਲਾਂਟਸ ਲਗਾਏ ਗਏ? ਹਾਂਜੀ ਬਿਲਕੁਲ ਜੀ, ਉਹਦੇ ਵਿੱਚ ਮੈਂਸ਼ਨ ਸੀ ਕਿ 20-21 ਪਾਰਕਾਂ ਦੇ ਨਾਮ ਹੈ ਅਤੇ ਕਿਹੜੇ ਕਿਹੜੇ ਪਲਾਂਟਸ ਅਸੀਂ ਉਹਨਾਂ ਵਿੱਚ ਲਗਾਵਾਂਗੇ। ਕਿਹੜੇ ਕਿਹੜੇ ਪਾਰਕ ਹੈ ਜੀ, ਉਹ ਕੁਝ ਦੱਸ ਦਿਓਗੇ ਨਾਮ ਕਿਹੜੇ ਕਿਹੜੇ ਪਾਰਕ ਦੇ ਵਿੱਚ ਪੈਸੇ? ਕੁਝ ਕੁ ਪਾਰਕ ਹਜੇ ਮੈਂ ਵਿਜ਼ਿਟ ਕੀਤਾ ਜੀ, ਨਹਿਰੂ ਪਾਰਕ ਹੈਗਾ, ਗੋਦੇ ਵਾਲਾ ਸਟੇਡੀਅਮ ਵਾਲਾ ਪਾਰਕ ਹੈਗਾ, ਹੋਰ ਵੀ ਕਾਫੀ ਸਾਰੇ ਪਾਰਕ ਹੈ ਜਿਹਨਾਂ ਪਲਾਂਟਸ ਲਗਾਏ ਕਦੋਂ ਗਏ ਜੀ, ਕੋਈ ਡੇਟ ਮੈਂਸ਼ਨ ਹੈਗੀ ਹੈ ਕਦੋਂ ਤੋਂ ਕਦੋਂ? ਜੀ, ਨਵੰਬਰ ਦੇ ਵਿੱਚ ਇਹ ਪਾਸ ਹੋਇਆ ਸੀ, ਉਸ ਤੋਂ ਬਾਅਦ ਹੀ ਠੇਕੇਦਾਰ ਵੱਲੋਂ ਇੱਥੇ ਕੰਮ ਸ਼ੁਰੂ ਕੀਤਾ ਗਿਆ ਸੀ। ਮੈਮ, ਇੱਕ ਕੁਆਲਿਟੀ ਕਿਹੜੀ ਹੈ ਜੀ, ਕਿਸਮ ਕਿਹੜੇ ਕਿਹੜੇ ਪੌਦੇ ਲਗਾਉਣੇ ਸੀਗੇ? ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਡਿਟੇਲ ਆਈ ਹੈ, 1300 ਰੁਪਏ ਦਾ ਕੋਈ ਪੌਦਾ, ਕੋਈ 150 ਰੁਪਏ ਦਾ ਪੌਦਾ, ਹਾਂਜੀ 1000 ਰੁਪਏ ਦਾ, ਹਾਂਜੀ, ਕਿਹੜੀ ਕਿਹੜੀ ਕਿਸਮ ਦੇ ਪੌਦੇ ਨੇ? ਉਹ ਕਾਫੀ ਸਾਰੇ ਪਲਾਂਟਸ ਹੈਗੇ ਆ ਜਿਹੜੇ ਕਿ ਅਲੱਗ ਅਲੱਗ ਕਿਸਮ ਦੇ ਹੈਗੇ ਆ, ਲੱਗੇ ਆ ਜਿਹੜੇ। ਬਾਕੀ ਗਰਾਸ ਹੈ, ਕਈ ਜਗ੍ਹਾ 'ਚ ਗਰਾਸ ਵੀ ਲੱਗੀ ਹੋਈ ਹੈ, 20-22,000 ਦੀ ਗਰਾਸ ਲੱਗੀ ਹੈ, ਮੈਂ ਉਹ ਵੀ ਨੋਟ ਕਰਨਾ ਚਾਹੂੰਗੀ ਕਿ ਕਿੱਥੇ ਉਹ ਲੱਗੀ ਹੋਈ ਹੈ। ਮੋਗਾ ਨਗਰ ਨਿਗਮ ਦੇ ਵਿੱਚ ਜਿਹੜਾ ਹੈਗਾ 17 ਲੱਖ ਰੁਪਏ ਦਾ ਜਿਹੜਾ ਪੌਦਿਆਂ ਦਾ ਘੁਟਾਲਾ ਸਾਹਮਣੇ ਆ ਰਿਹਾ, ਉਹਦੇ ਵਿੱਚ ਇਹ ਹੈਗਾ ਕਿ 72,91,000 ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀਗਾ ਮੋਗਾ ਕਾਰਪੋਰੇਸ਼ਨ ਵੱਲੋਂ, ਜੋ ਕਿ ਸ਼ਹਿਰ ਦੇ ਸੁੰਦਰੀਕਰਨ ਦੇ ਲਈ ਸੀਗਾ, ਜਿਸ ਦੇ ਵਿੱਚ ਇਹਨਾਂ ਨੇ ਸ਼ੋਅ ਕੀਤਾ ਕਿ 1300 ਰੁਪਏ ਪ੍ਰਤੀ ਇੱਕ ਪੌਦਾ ਕੀਮਤ ਦੇ ਇਹਨਾਂ ਨੇ 900 ਪੌਦੇ ਖਰੀਦੇ, ਅਤੇ 1000 ਪੌਦਾ ਸੀਗਾ ਜਿਹੜਾ ਉਹ 150 ਰੁਪਏ ਪ੍ਰਤੀ ਇੱਕ ਦੀ ਕੀਮਤ ਦੇ ਨਾਲ ਲਿੱਤਾ ਗਿਆ, ਅਤੇ 1000 ਪੌਦਾ ਸੀ ਜਿਹੜਾ 55 ਰੁਪਏ ਪ੍ਰਤੀ ਕੀਮਤ ਦੀ ਕੀਮਤ ਦੇ ਨਾਲ ਬਾਈ ਕੀਤਾ ਗਿਆ, ਅਤੇ 4,25,000 ਜਾਂ 4,22,000 ਰੁਪਏ ਦਾ ਜਿਹੜਾ ਸੀਗਾ ਮੋਗਾ ਦੇ ਵਿੱਚ ਇੱਕ ਘਣਾ ਜੰਗਲ, ਸੰਘਣਾ ਜੰਗਲ ਲਗਾਉਣਾ ਸੀਗਾ, ਬਣਾਉਣਾ ਸੀ।
ਸੋ ਜਦੋਂ ਕਿ ਗਰਾਊਂਡ ਰਿਐਲਿਟੀ 'ਤੇ ਇਹ ਸਾਰੀਆਂ ਚੀਜ਼ਾਂ ਮੋਗਾ ਦੇ ਵਿੱਚ ਦਿਖਾਈ ਨਹੀਂ ਦੇ ਰਹੀਆਂ ਹੈਗੀਆਂ। ਮੋਗਾ ਦੇ ਜਿਹੜੇ ਪਾਰਕਾਂ ਦੀ ਜਿਹੜੀ ਮੇਰੇ ਨੌਲੇਜ ਦੇ ਵਿੱਚ ਹੈਗਾ, ਮੋਗਾ ਦੇ ਪਾਰਕਾਂ ਦੇ ਵਿੱਚ ਵੀ ਜਿਹੜੇ ਮਾਲੀ ਹੈਗੇ ਉਹ ਹਜੇ ਤੱਕ ਮਾਲੀ ਤੱਕ ਨਹੀਂ ਹੈਗੇ ਸਾਡੇ ਮੋਗਾ ਦੇ ਪਾਰਕਾਂ ਦੇ ਵਿੱਚ। ਜਿਹੜੇ ਮੋਗਾ ਦੀਆਂ ਪਾਰਕਾਂ ਦੀ ਜਿਹੜੀ ਹੈਗੀ ਆ ਦੇਖ ਰੇਖ ਕਰ ਰਹੀ ਆ ਉਹ ਵੀ ਸੰਸਥਾਵਾਂ ਕਰ ਰਹੀਆਂ ਨੇ, ਜਦੋਂ ਕਿ ਸਾਡੇ ਨਗਰ ਨਿਗਮ ਦੇ ਕੋਲ ਮਾਲੀ ਤੱਕ ਹੈ ਨਹੀਂ ਦੇਣ ਲਈ। ਅਤੇ ਜੋ ਪੌਦੇ ਇਹਨਾਂ ਨੇ ਲਗਾਏ ਆ ਅਤੇ ਜੋ ਘਣਾ ਜੰਗਲ ਲਗਾਇਆ ਅਤੇ ਜਿਹੜੇ 17 ਲੱਖ ਰੁਪਏ ਦਾ ਖਰਚਾ ਸ਼ੋ ਕੀਤਾ ਹੋਇਆ ਕਾਗਜ਼ੀ ਸਿਰਫ ਕਾਗਜ਼ਾਂ ਦੇ ਵਿੱਚ, ਸੋ ਮੈਂ ਇਹ ਮੰਗ ਕਰਦੀ ਹਾਂ। ਮੈਂ ਮੁੱਖ ਮੰਤਰੀ ਸਾਹਿਬ ਨੂੰ ਲਿਖਿਆ ਹੈਗੀ ਆ ਕੱਲ੍ਹ ਐਪਲੀਕੇਸ਼ਨ ਕਿ ਇਹਦੀ ਜਲਦੀ ਇਨਕੁਆਇਰੀ ਕਰਵਾਈ ਜਾਵੇ ਅਤੇ ਇਹ ਦੇਖਿਆ ਜਾਵੇ ਕਿ ਪੌਦੇ ਕਿੱਥੇ ਲੱਗੇ ਆ, ਕਿਉਂਕਿ 1300 ਰੁਪਏ ਦਾ ਜਿਹੜਾ ਪੌਦਾ ਖਰੀਦਿਆ 1300 ਰੁਪਏ ਬਹੁਤ ਵੱਡੀ ਕੀਮਤ ਹੁੰਦੀ ਹੈ। ਉਹ ਪੌਦੇ ਕਿੱਥੇ ਲੱਗੇ ਹੋਏ ਆ ਅਤੇ ਕਿੰਨੇ ਫੀਟ ਦੇ ਪੌਦੇ ਆ ਅਤੇ ਕੀ ਕੁਆਲਿਟੀ ਆ ਉਹਨਾਂ ਦੀ, ਅਤੇ ਜੋ ਡਾਕੂਮੈਂਟਸ ਦੇ ਵਿੱਚ ਆ ਵੱਖ ਵੱਖ ਪਾਰਕਾਂ ਲਿਖਿਆ ਹੋਇਆ, ਜਦੋਂ ਕਿ ਉਹਨਾਂ ਦੇ ਵਿੱਚ ਮੈਨਸ਼ਨ ਕਰਨਾ ਬਹੁਤ ਜ਼ਰੂਰੀ ਹੁੰਦਾ ਕਿ ਕਿਹੜੀ ਪਾਰਕ ਹੈ, ਕਿਉਂਕਿ ਮੋਗਾ ਦੇ ਵਿੱਚ ਹੁਣ ਪਾਰਕ ਆ ਅਤੇ ਨੇਚਰ ਪਾਰਕ ਵੀ ਹੈ। ਮੋਗਾ ਦੇ ਵਿੱਚ ਕਸ਼ਮੀਰੀ ਜਿਹੜੀ ਹੈਗੀ ਆ ਪਾਰਕ ਹੈਗੀ ਆ, ਸ਼ਹੀਦੀ ਪਾਰਕ ਹੈਗੀ ਆ, ਸੋ ਕਿਹੜੀ ਪਾਰਕ ਦੇ ਵਿੱਚ ਕਿਹੜੇ ਪੌਦੇ ਲਗਾਏ ਆ। ਜਦੋਂ ਕਿ ਪਾਰਕਾਂ ਦੀ ਜੋ ਦੇਖ ਰੇਖ ਕਰ ਰਹੇ ਆ ਉਹਨਾਂ ਵੱਲੋਂ ਹਮੇਸ਼ਾ ਇਹੀ ਸ਼ਿਕਾਇਤ ਆਉਂਦੀ ਆ ਕਿ ਇੱਕ ਤਾਂ ਸਫਾਈ ਉੱਥੇ ਹੈ ਨਹੀਂ ਗੀ, ਇੱਕ ਉਹ ਪੌਦੇ ਵੀ ਉਹ ਖੁਦ ਜਿਹੜੇ ਹੈਗੇ ਆ ਸੁੰਦਰੀਕਰਨ ਜਿਹੜਾ ਕਰਦੇ ਆ ਉਹ ਸੰਸਥਾਵਾਂ ਵੱਲੋਂ ਕੀਤਾ ਜਾਂਦਾ, ਜਦੋਂ ਕਿ ਮਾਲੀ ਤੱਕ ਅਸੀਂ ਨਹੀਂ ਦੇ ਸਕਦੇ ਹੈਗੇ। ਸੋ ਇਹ ਜਿਹੜੇ ਪੈਸੇ ਹੈਗੇ ਆ ਖਰਚੇ ਗਏ ਆ, ਇਹ ਲੋਕਾਂ ਦੇ ਆਮ ਟੈਕਸ ਹੈਗਾ, ਮੋਗਿਆਂ ਦੇ ਲੋਕ ਜਿਹੜੇ ਭਰਦੇ ਆ, ਸੋ ਇਹ ਟੈਕਸ ਦੀ ਜਿਹੜੀ ਮੋਗਾ ਦੇ ਆਮ ਲੋਕਾਂ ਦੀ ਜਿਹੜੇ ਪੈਸਿਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਐਪਲੀਕੇਸ਼ਨ ਦਿੱਤੀ ਹੈ, ਮੈਂ ਅਪੀਲ ਕਰਦੀ ਹਾਂ ਕਿ ਉਹ ਜਲਦ ਤੋਂ ਜਲਦ ਜਿਹੜਾ ਹੈਗਾ ਇਹ ਘੁਟਾਲਾ ਅਤੇ ਹੋਰ ਜਿੰਨੇ ਵੀ ਘੁਟਾਲੇ ਮੋਗਾ ਦੇ ਵਿੱਚ ਚੱਲ ਰਹੇ ਆ ਜਾਂ ਕੀਤੇ ਗਏ ਆ ਇਹਨਾਂ ਦੀ ਸਾਰਿਆਂ ਦੀ ਜਿਹੜੀ ਹੈਗੀ ਹੈ ਵਿਜੀਲੈਂਸ ਤੋਂ ਇਨਕੁਆਇਰੀ ਕਰਵਾਈ ਜਾਵੇ ਤਾਂ ਕਿ ਦੋਸ਼ੀਆਂ ਨੂੰ ਜਿਹੜੀ ਹੈਗੀ ਹੈ ਸਖ਼ਤ ਸਜ਼ਾ ਮਿਲੇ। ਅਤੇ ਜਿਹੜੇ ਪੈਸੇ ਇਹ ਹੈਗੇ ਆ 17 ਲੱਖ ਰੁਪਇਆ ਜਾਂ ਇਸ ਤੋਂ ਜ਼ਿਆਦਾ ਵੀ ਹੋ ਸਕਦੇ ਆ, ਸੋ ਇਹ ਪੈਸੇ ਵਾਪਸ ਲੈ ਕੇ ਵਿਧ ਜਿਹੜੇ ਹੈਗੇ ਆ ਉੱਦਾਂ ਦੀ ਵਿਆਜ ਦੇ ਸਮੇਤ ਜਿਹੜੇ ਵਾਪਸ ਜਮ੍ਹਾਂ ਕਰਵਾਏ ਜਾਣ ਕਾਰਪੋਰੇਸ਼ਨ ਦੇ ਵਿੱਚ ਤਾਂ ਕਿ ਅੱਛੀ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ। ਜੰਗਲ ਲਗਾਉਣ ਦੀ ਗੱਲ ਕੀਤੀ ਗਈ, ਉਹ ਕਿਹੜੀ ਜਗ੍ਹਾ 'ਤੇ ਜੰਗਲ ਲਗਾਇਆ ਗਿਆ? ਮੈਂ ਜੀ ਜਦੋਂ ਮੈਂ ਹੁਣੀ ਅਜਿਹੀ ਮੈਡਮ ਦੇ ਨਾਲ ਗੱਲ ਕੀਤੀ ਆ, ਜਦੋਂ ਕਿ ਮੈਂ ਪਿਕਚਰਸ ਦੇ ਵਿੱਚ ਦੇਖਿਆ ਸੀਗਾ ਕਿ 9 ਨੰਬਰ ਵਾਰਡ ਦੇ ਵਿੱਚ ਜਦੋਂ ਉਹ ਆਏ ਸੀਗੇ ਉੱਥੇ 200 ਟੋਆ ਪਟਵਾਇਆ ਗਿਆ ਸੀਗਾ, ਜਦੋਂ ਕਿ ਜਿਹੜਾ ਉਹ ਟੋਆ ਪਟਵਾਇਆ ਗਿਆ ਸੀ ਪਟਵਾਏ ਗਏ ਸੀ 200 ਉਹ ਵੀ ਬਾਬਾ ਜੀ ਗੁਰਮੀਤ ਸਿੰਘ ਜੀ ਦੀ ਮਦਦ ਦੇ ਨਾਲ ਉਹਨਾਂ ਦਾ ਟਰੈਕਟਰ ਆਇਆ ਸੀਗਾ ਅਤੇ ਜਿਹੜੇ ਐੱਮ ਸੀ ਸੀਗੇ 9 ਨੰਬਰ ਵਾਰਡ 'ਚੋਂ ਉਹਨਾਂ ਨੇ ਆਪਣਾ ਡੀਜ਼ਲ ਪਵਾ ਕੇ ਉਹ 200 ਟੋਏ ਦੀ ਜਿਹੜੀ ਖੁਦਾਈ ਕਰਵਾਈ ਗਈ ਸੀ, ਕਿਉਂਕਿ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ 9 ਨੰਬਰ ਵਾਰਡ ਦੇ ਵਿੱਚ ਜਿਹੜਾ ਸੰਘਣਾ ਜੰਗਲ ਹੈ 9 ਨੰਬਰ ਵਾਰਡ 'ਚ ਬਣਾਉਣਾ। ਬਟ ਉਦੋਂ ਜਿਹੜੇ ਕਾਰਪੋਰੇਸ਼ਨ ਦੇ ਸੀਗੇ ਕਮਿਸ਼ਨਰ ਸਾਹਿਬ ਸੀਗੇ, ਮੈਂ ਉਹਨਾਂ ਨੂੰ ਦੇਖਿਆ ਪਿਕਚਰਸ ਦੇ ਵਿੱਚ ਪਿਕਚਰਸ 'ਚ, ਅਤੇ ਹਰਸਿਮਰਤ ਕੌਰ ਮੈਡਮ ਨੇ ਉਹਦੇ ਵਿੱਚ ਜਈ ਹਾਰਟੀਕਲਚਰ ਦੇ, ਅਤੇ ਉੱਥੇ ਐੱਮ ਸੀ ਬੈਠੇ ਆ, ਅਤੇ ਬਟ ਸਿਰਫ ਇੱਕ 50 ਰੁਪਏ ਦੀ ਕੀਮਤ ਦਾ ਪੌਦਾ ਲਗਾ ਕੇ ਹੀ ਉੱਥੋਂ ਚਲੇ ਗਏ ਵਾਪਸ, ਜਦੋਂ ਕਿ 200 ਪੌਦਿਆਂ ਦੇ ਲਈ ਉੱਥੇ ਖੁਦਾਈ ਕਰਵਾਈ ਗਈ ਸੀਗੀ। ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਐੱਮ ਸੀ ਨੂੰ ਇਹ ਕਹਿ ਦਿੱਤਾ ਗਿਆ ਕਿ ਜਿਹੜਾ ਬਜਟ ਸੀਗਾ ਜੀ ਇਹ ਪਾਸ ਨਹੀਂ ਹੋਇਆ ਹੈਗਾ, ਇਸ ਕਰਕੇ 9 ਨੰਬਰ ਵਾਰਡ ਦੇ ਵਿੱਚ ਇਹ ਜਿਹੜਾ ਜੰਗਲ ਹੈਗਾ ਇਹ ਨਹੀਂ ਬਣ ਸਕਦਾ।